ਅਗਲੀ ਖਬਰ ਫਿਲੌਰ ਤੋਂ ਹੈ, ਜਿੱਥੇ ਫਿਲੌਰ ਦੇ ਗੌਰਮੈਂਟ ਸਕੂਲ ਦੇ ਟੀਚਰ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਫਿਲੌਰ ਵਿਖੇ ਨਵ ਨਿਯੁਕਤ ਕਰਮਚਾਰੀਆਂ ਦੇ ਏਸੀਪੀ ਸਕੀਮ ਤਹਿਤ 15/1/2015 ਦੇ ਮਾਰੂ ਲੈਟਰ ਦੇ ਵਿਰੋਧ ਵਿੱਚ ਇਸ ਲੈਟਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਬੋਲਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਨੇ ਕਿਹਾ ਕਿ ਨਵ ਨਿਯੁਕਤ ਕਰਮਚਾਰੀਆਂ ਨੇ ਬਹੁਤ ਨਿਗੁਣੀਆਂ ਤਨਖਾਹਾਂ ਤੇ ਪਹਿਲਾਂ ਹੀ ਕਈ ਸਾਲ ਕੰਮ ਕੀਤਾ ਹੈ। ਸਰਕਾਰ ਨੇ ਇਹ ਲੈਟਰ ਜਾਰੀ ਕਰਕੇ ਉਹਨਾਂ ਕਰਮਚਾਰੀਆਂ ਦੇ ਜ਼ਖਮਾਂ ਉੱਤੇ ਨਮਕ ਛਿੜਕਣ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਸਮੂਹ ਕਰਮਚਾਰੀ ਵਰਗ ਇਸ ਦਾ ਡਟ ਕੇ ਵਿਰੋਧ ਕਰੇਗਾ। ਇਸ ਮੌਕੇ ਹਰਕਮਲ ਸਿੰਘ ਸੰਧੂ, ਅਮਰਜੀਤ ਸਿੰਘ ਮਹਿਮੀ, ਜਸਪਾਲ ਸੰਧੂ ਤੇ ਹੋਰ ਬਹੁਤ ਸਾਰੇ ਅਧਿਆਪਕ ਸ਼ਾਮਲ ਹੋਏ। ਸਰ, ਅੱਜ ਨਾ ਗੌਰਮੈਂਟ ਸਕੂਲ ਟੀਚਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ਼ ਅੱਜ ਜਿਹੜਾ ਆ ਇਹ ਕਾਪੀਆਂ ਸਾੜੀਆਂ ਗਈਆਂ, ਕਿਉਂਕਿ ਉਹਨਾਂ ਨੇ ਜਿਹੜੇ ਸਾਡੇ ਨਵੇਂ ਅਧਿਆਪਕ ਜਾਂ ਜਿੰਨੇ ਵੀ ਮੁਲਾਜ਼ਮ ਜਿਹੜੇ ਭਰਤੀ ਹੋਏ ਸੀ ਉਹਨਾਂ ਦੀ 4-9-14 ਜਿਹੜਾ ਉਹਨਾਂ ਦਾ ਬਣਦਾ ਸੀਗਾ ਉਹ ਨਾਂ ਦੇ ਕੇ ਉਹਨਾਂ ਦੇ ਪ੍ਰਵੇਸ਼ਨ ਫੀਸ ਨੂੰ ਇਹ 'ਚ ਗਿਣਿਆ ਨਹੀਂ ਆ, ਜਿਹੜਾ ਕਿ 4-9-14 ਸੀਗਾ ਉਹਨਾਂ ਨੂੰ, ਜਦਕਿ ਪਹਿਲਾਂ ਹੀ ਨਗੂਣੀਆਂ ਤਨਖਾਹ ਤੇ 5-5-7-7-10-10 ਸਾਲ ਉਹਨਾਂ ਤੋਂ ਕੰਮ ਕਰਾਇਆ, ਹੁਣ ਉਹਨਾਂ ਦਾ ਜਿਹੜਾ ਜਦ ਤੋਂ ਉਹਨੂੰ ਰੈਗੂਲਰ ਕੀਤਾ ਸੀਗਾ ਉਹਨੂੰ ਵੀ ਨਹੀਂ ਗਿਣਿਆ। ਇਸ ਕਰਕੇ ਉਹਨਾਂ ਦਾ ਹੋਰ ACP ਜਿਹੜਾ ਆ ਉਹ ਪਿੱਛੇ 3-3 ਜਾਂ 4-4 ਸਾਲ ਲਈ ਹੋਰ ਪਿੱਛੇ ਕਰਦਾ ਗਿਆ। ਇਸ ਕਰਕੇ ਸਮੂਹ ਪੰਜਾਬ ਜਿਹੜੇ ਮੁਲਾਜ਼ਮ ਆ ਅੱਜ ਉਹਨੂੰ ਇਕੱਠੇ ਹੋ ਕੇ ਉਸ ਪੱਤਰ ਦੀਆਂ ਜਿਹੜੀਆਂ ਕਾਪੀਆਂ ਸਾੜੀਆਂ ਆ। ਇਸ ਤੋਂ ਇਲਾਵਾ ਜਿਹੜਾ ਆ ਹੋਰ ਜਿਹੜੇ ਵੀ ਸਟੇਟ ਸਰਕਾਰ ਦੇ ਐਕਸ਼ਨ ਹੋਣਗੇ ਔਰ ਪੰਜਾਬ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਜਦ ਤੱਕ ਜਿਹੜਾ ਲੈਟਰ ਆ ਉਹ ਵਾਪਸ ਨਹੀਂ ਹੋ ਜਾਂਦਾ।